ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ YouTube ਫਾਰਮਰ ਚੈਨਲ 'ਤੇ ਸਵਾਗਤ ਹੈ ਤੁਹਾਡਾ ਸਭ ਦਾ। ਸੋ ਕਿਸਾਨਾਂ ਦੇ ਲਈ ਅੱਜ ਫਸਲੀ ਸੁਝਾਅ ਅਤੇ ਮੌਸਮ ਦੀ ਗੱਲ ਕਰਾਂਗੇ ਕਿ 25 ਤੋਂ ਲੈ ਕੇ 29 ਫਰਵਰੀ ਤੱਕ ਇਹਨਾਂ ਦਿਨਾਂ ਵਿੱਚ ਮੌਸਮ ਪੰਜਾਬ ਦਾ ਕਿਵੇਂ ਹੈ ਅਤੇ ਅਗਲਾ ਜਿਹੜਾ ਸਿਸਟਮ ਬਣ ਰਿਹਾ, ਮੀਂਹ ਦੇ ਹਾਲਾਤ ਬਣ ਰਹੇ ਨੇ, ਉਸ ਦੀ ਕੀ ਅਪਡੇਟ ਹੈ। ਅਤੇ ਕਿਸਾਨ ਹੁਣ ਇਸ ਵੇਲੇ ਕਣਕਾਂ ਦੀ ਜੇਕਰ ਆਪਾਂ ਸਥਿਤੀ ਦੀ ਗੱਲ ਕਰੀਏ ਤਾਂ ਮੌਸਮ ਅਤੇ ਨਾਲ ਨਾਲ ਫਸਲ ਦੀ ਗੱਲ ਕਰਾਂਗੇ। ਕਣਕਾਂ ਨਿਸਰ ਚੁੱਕੀਆਂ ਨੇ ਲਗਭਗ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ, ਜੋ ਅਗੇਤੀਆਂ ਲੱਗੀਆਂ ਹੋਈਆਂ ਕਣਕਾਂ ਨੇ, ਅਗੇਤੀਆਂ ਕਣਕਾਂ ਨਿਸਾਰੇ 'ਤੇ ਨੇ। ਇਸ ਵੇਲੇ ਪਾਣੀ ਦੀ ਜਿਹੜੀ ਜ਼ਰੂਰੀ ਆ, ਉਹਨਾਂ ਨੂੰ ਜ਼ਰੂਰਤ ਆ ਕਾਫੀ ਜ਼ਿਆਦਾ ਬਣੀ ਹੋਈ ਹੈ, ਕਿਉਂਕਿ ਦਾਣਾ ਵੰਡ ਦੀ ਜਿਹੜੀ ਗਤੀਵਿਧੀਆਂ ਨੇ, ਕੰਮਕਾਰ ਨੇ ਫਸਲ ਦੇ, ਉਹ ਸ਼ੁਰੂ ਹੋ ਚੁੱਕੇ ਨੇ। ਸੋ ਅਜਿਹੇ ਦੇ ਵਿੱਚ ਜੇਕਰ ਪਾਣੀ ਦੀ ਕਮੀ ਆਉਂਦੀ ਹੈ ਤਾਂ ਜਿੰਨੀ ਆਪਾਂ ਮਰਜ਼ੀ ਖਾਦ ਸਪਰੇ ਕਰ ਲਈਏ ਤਾਂ ਆਪਣਾ ਝਾੜ ਘੱਟ ਜਾਂਦਾ ਹੈ। ਸੋ ਅਜਿਹੇ ਦੇ ਵਿੱਚ ਪਾਣੀ ਲਗਾਉਣ ਸਮੇਂ ਜਿਹੜਾ ਆਪਣਾ ਜਿਹੜਾ ਮੇਨ ਮੁੱਖ ਗੱਲ ਕਰੀਏ ਵੀ ਜਿਹੜਾ ਡਰ ਬਣਿਆ ਰਹਿੰਦਾ, ਉਹ ਹੁੰਦਾ ਹਵਾਵਾਂ ਦਾ, ਕਿਉਂਕਿ ਇਸ ਸਮੇਂ ਫਸਲ ਉੱਪਰੋਂ ਭਾਰੀ ਹੋਣ ਦੀ ਸ਼ੁਰੂ ਹੋ ਜਾਂਦੀ ਹੈ ਅਤੇ ਹਵਾਵਾਂ ਚੱਲਣ ਨਾਲ ਜੇ ਪਾਣੀ ਲੱਗ ਜਾਂਦਾ ਹੈ, ਹਵਾਵਾਂ ਚੱਲ ਜਾਂਦੀਆਂ ਨੇ ਤਾਂ ਫਸਲ ਡਿੱਗ ਜਾਂਦੀ ਹੈ। ਤਾਂ ਅਜਿਹੇ ਦੇ ਵਿੱਚ ਹਵਾਵਾਂ ਦਾ ਖਾਸ ਧਿਆਨ ਰੱਖਣਾ ਪੈਂਦਾ ਕਿ ਜਿਸ ਦਿਨ ਥੋੜ੍ਹਾ ਜਿਹਾ ਸ਼ਾਂਤ ਜਿਹਾ ਮਾਹੌਲ ਹੋਵੇ, ਹਵਾ ਰਹਿ, ਤਾਂ ਉਦੋਂ ਪਾਣੀ ਲੱਗ ਜਾਵੇ ਤਾਂ ਜ਼ਿਆਦਾ ਚੰਗਾ ਰਹਿੰਦਾ ਹੈ। ਤਾਂ ਹੁਣ ਕਿਸਾਨ ਪਾਣੀ ਲਗਾ ਰਹੇ ਨੇ ਤਾਂ ਕਿਸਾਨਾਂ ਨੂੰ ਇਹੀ ਅਪੀਲ ਕੀਤੀ ਜਾਂਦੀ ਹੈ ਕਿ ਜਿਹੜੇ ਹੁਣ ਪਾਣੀ ਲਗਾ ਰਹੇ ਨੇ ਕਿਸਾਨ ਤਾਂ ਉਹ ਲਗਾਤਾਰ ਲਗਾਉਂਦੇ ਜਾਣ, 25, 26, 27, 28 ਤੋਂ ਲੈ ਕੇ 29 ਤੱਕ ਵੀ ਪਾਣੀ ਲੱਗ ਸਕਦਾ ਹੈ। ਜੇਕਰ ਹੋ ਸਕੇ ਤਾਂ 28 ਤਰੀਕ ਤੱਕ ਪਾਣੀ ਲਗਾ ਕੇ ਰੋਕ ਦੇਣਾ ਚਾਹੀਦਾ ਹੈ। 28 ਤਰੀਕ ਤੱਕ ਆਪਾਂ ਜਿੰਨਾ ਵੀ ਫਸਲ ਨੂੰ ਪਾਣੀ ਲਗਾ ਸਕਦੇ ਹਾਂ ਆਪਣੇ ਖੇਤਾਂ ਦੇ ਵਿੱਚ, ਉਹ ਆਪਾਂ ਪਾਣੀ ਸਰੇ ਕਰ ਦਈਏ, ਪਾਣੀ ਪੂਰਾ ਕਰ ਦਈਏ ਤਾਂ ਆਪਣੇ ਲਈ ਜ਼ਿਆਦਾ ਫਾਇਦੇਮੰਦ ਹੈ, ਕਿਉਂਕਿ ਚੜ੍ਹਦੇ ਮਾਰਚ ਦੇ ਦਿਨਾਂ ਦੇ ਵਿੱਚ ਇੱਕ ਨਵਾਂ ਤਕੜਾ ਸਿਸਟਮ ਪਹੁੰਚ ਰਿਹਾ ਹੈ। ਸੋ ਜਿਹਦੇ ਚੱਲਦੇ ਨਾਲੇ ਤਾਂ ਪੰਜਾਬ ਦੇ ਵਿੱਚ ਮੀਂਹ ਦੇ ਹਾਲਾਤ ਬਣ ਰਹੇ ਨੇ, ਅਤੇ ਦੂਜਾ ਨੰਬਰ 'ਤੇ ਹਵਾਵਾਂ ਦੀ ਗਤੀ ਦੇ ਵਿੱਚ ਵਾਧਾ ਹੋਵੇਗਾ। ਲਗਭਗ 1 ਮਾਰਚ ਤੋਂ ਹੀ ਹਵਾਵਾਂ ਥੋੜ੍ਹੀ ਜਿਹੀ ਰਫ਼ਤਾਰ ਫੜਨਾ ਸ਼ੁਰੂ ਹੋ ਜਾਣਗੀਆਂ ਅਤੇ 25-30 ਤੋਂ ਲੈ ਕੇ 35-40 ਕਿਲੋਮੀਟਰ ਤੱਕ ਹਵਾ ਜਾ ਸਕਦੀ ਹੈ। ਸੋ ਜਿਹੜੇ ਕਿਸਾਨਾਂ ਨੇ ਪਾਣੀ 29 ਤਰੀਕ ਨੂੰ ਜਾਂ 1 ਨੂੰ ਲਗਾ ਦਿੱਤਾ ਤਾਂ ਹੋ ਸਕਦਾ ਕਿ ਉਹ ਫਸਲ ਥੋੜ੍ਹੀ ਜਿਹੀ ਧੱਕਾ ਖਾ ਸਕਦੀ ਹੈ, ਡੇਢੀ ਹੋ ਸਕਦੀ ਹੈ, ਫਸਲ ਡਿੱਗ ਸਕਦੀ ਹੈ। ਸੋ ਆਪਣੀ ਸਲਾਹ ਇਹੀ ਹੈ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ 28 ਫਰਵਰੀ ਤੱਕ ਪਾਣੀ ਸਮੇਟ ਲੈਣਾ ਚਾਹੀਦਾ, ਸਭ ਨੂੰ ਆਪਣਾ ਆਪਣਾ ਪੂਰਾ ਕਰ ਲੈਣਾ ਚਾਹੀਦਾ ਹੈ। ਹੋ ਸਕੇ ਦਿਨ ਰਾਤ ਜਿਵੇਂ ਵੀ ਪਾਣੀ ਲੱਗਦਾ ਹੈ ਤਾਂ ਲਗਾ ਕੇ ਜਲਦੀ ਤੋਂ ਜਲਦੀ ਪਾਣੀ ਨੂੰ ਆਪਾਂ ਪੂਰਾ ਕਰ ਦਈਏ, ਤਾਂ ਜੋ ਜੇਕਰ ਕਿਉਂਕਿ ਮੀਂਹ ਦੇ ਬਹੁਤ ਜ਼ਿਆਦਾ ਕੋਈ ਤਕੜੇ ਚਾਂਸ ਨਹੀਂ ਹਨ, ਪਰ ਮੇਨ ਖਤਰਾ ਹੁੰਦਾ ਜਿਹੜਾ ਹਵਾਵਾਂ ਦਾ ਹੀ ਹੁੰਦਾ ਹੈ। ਅਤੇ ਬਾਕੀ ਜੇਕਰ ਪਾਣੀ ਲੱਗੇ ਦੇ ਉੱਪਰ 2 ਦਿਨ ਨਿਕਲ ਜਾਂਦੇ ਨੇ ਤਾਂ ਫਸਲਾਂ ਇੱਕ ਵਾਰ ਫਿਰ ਜੜ੍ਹਾਂ ਆਪਣੀ ਮਿੱਟੀ ਵਿੱਚ ਪਕੜ ਬਣ ਲੈਂਦੀਆਂ ਨੇ, ਅਤੇ ਉਸ ਤੋਂ ਬਾਅਦ ਹਵਾ ਚੱਲਣ ਨਾਲ ਫਸਲ ਛੇਤੀ ਡਿੱਗਦੀ ਨਹੀਂ। ਸੋ ਇਸੇ ਕਰਕੇ ਇਹੀ ਸੁਝਾਅ ਹੈ ਕਿ ਪਾਣੀ ਜਿਹੜੇ ਕਿਸਾਨ ਲਗਾ ਰਹੇ ਨੇ ਕਣਕਾਂ ਨੂੰ, ਤਾਂ ਉਹ 28 ਤਰੀਕ ਤੱਕ ਹੋ ਸਕੇ ਤਾਂ 27-28 ਤੱਕ ਆਪਣਾ ਪਾਣੀ ਪੂਰਾ ਕਰ ਲੈਣਾ ਚਾਹੀਦਾ। ਉਸ ਤੋਂ ਬਾਅਦ ਪਾਣੀ ਲਈ 1-2 ਦਿਨ ਰੁਕਣਾ ਚਾਹੀਦਾ, ਕਿਉਂਕਿ ਹਵਾਵਾਂ ਤੇਜ਼ ਨੇ, ਮੀਂਹ ਫਿਲਹਾਲ ਕੋਈ ਜ਼ਿਆਦਾ ਨਹੀਂ ਹੈ, ਪਰ ਹਵਾਵਾਂ ਜ਼ਰੂਰ ਤੇਜ਼ ਚੱਲਣਗੇ, ਜਿਨ੍ਹਾਂ ਨਾਲ ਨੁਕਸਾਨ ਹੋਣ ਦਾ ਖਤਰਾ ਹੈ। ਅਤੇ ਗੱਲ ਕਰੀਏ ਸਿਸਟਮ ਦੇ ਬਾਰੇ, ਫਿਲਹਾਲ ਕੋਈ ਮੀਂਹ ਵਰਗੇ ਹਾਲਾਤ 25-29 ਤੱਕ ਨਹੀਂ ਹਨ, ਮੌਸਮ ਖੁਸ਼ਕ ਹੈ, ਸਾਫ਼ ਹੈ, ਥੋੜ੍ਹਾ ਬਹੁਤ ਬੱਦਲਵਾਈ ਆਪਾਂ ਨੂੰ ਅੱਜ 25 ਅਤੇ 26 ਨੂੰ ਜ਼ਰੂਰ ਦੇਖਣ ਨੂੰ ਮਿਲੂਗੀ, ਕਿਉਂਕਿ ਹਲਕਾ ਜਿਹਾ ਸਿਸਟਮ ਪਹੁੰਚ ਰਿਹਾ ਪਹਾੜੀ ਖੇਤਰਾਂ ਦੇ ਵਿੱਚ। ਸੋ ਉਹਦੇ ਚੱਲਦੇ ਕੋਈ ਜ਼ਿਆਦਾ ਵੱਡੀ ਮੌਸਮ ਦੀ ਹਲਚਲ ਨਹੀਂ, ਪਰ ਬੱਦਲਵਾਈ ਜ਼ਰੂਰ ਦੇਖਣ ਨੂੰ ਮਿਲ ਸਕਦੀ ਹੈ। ਪਰ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ, ਕਿਸੇ ਖੇਤਰ ਵਿੱਚ ਕੋਈ ਮੀਂਹ ਦੇ ਆਸਾਰ ਨਹੀਂ ਹਨ। ਹਾਲਾਂਕਿ ਛੋਟੇ ਮੋਟੇ ਜਿਹੜੇ ਬੱਦਲ ਹੋਣਗੇ, ਉਹ ਕੁਝ ਟੁਕੜਿਆਂ ਦੇ ਰੂਪ ਵਿੱਚ ਕਹਿ ਦਈਏ ਵੀ 5-4 ਪਿੰਡਾਂ ਦੇ ਉੱਪਰ ਨਿਕਲਦਾ ਹੋਇਆ ਹੋ ਸਕਦਾ ਕਿ 1-2 ਪਿੰਡਾਂ ਵਿੱਚ ਹਲਕੇ ਫੁਲਕੇ ਮੀਂਹ ਦੇ ਛਰਾਟੇ ਪੈ ਜਾਣ, ਕਣੀਆਂ ਪੈ ਜਾਣ। ਸੋ ਅਜਿਹੀ ਛਿਟਪੁੱਟ ਬਰਸਾਤ ਆ ਜਿਹੜੀ ਉਹ ਹਲਕੀ ਫੁਲਕੀ ਕੁਝ ਖੇਤਰਾਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ, ਪਰ ਕੋਈ ਜ਼ਿਆਦਾ ਤਕੜੇ ਮੀਂਹ ਦੇ ਹਾਲਾਤ ਨਹੀਂ ਹਨ, ਮੌਸਮ ਠੀਕ ਠਾਕ ਹੀ ਬਣਿਆ ਰਹੇਗਾ। ਅਤੇ ਉਸ ਤੋਂ ਬਿਨਾਂ ਜਿਹੜੇ ਕਿਸਾਨ ਆਪਣੇ ਆਲੂ ਪੱਕੇ ਦੀ ਪਟਾਈ ਕਰ ਰਹੇ ਨੇ ਬੀਜ ਵਾਲੇ ਦੀ, ਤਾਂ ਜਲਦੀ ਤੋਂ ਜਲਦੀ ਇਸ ਫਰਵਰੀ ਮਹੀਨੇ ਵਿੱਚ ਆਪਣੀ ਪਟਾਈ ਕਰਕੇ ਬੀਜ ਨੂੰ ਸੰਭਾਲ ਲੈਣਾ ਚਾਹੀਦਾ ਹੈ। ਅਤੇ ਮੱਕੀ ਦੀ ਬਿਜਾਈ ਕਰਨ ਵਾਲੇ ਕਿਸਾਨ ਮੱਕੀ ਦੀ ਬਿਜਾਈ ਵੀ ਜਲਦੀ ਤੋਂ ਜਲਦੀ ਪੂਰੀ ਕਰਨ, ਤਾਂ ਜੋ ਮਾਰਚ ਤੋਂ ਪਹਿਲਾਂ ਆਪਾਂ ਫਸਲ ਨੂੰ ਆਪਣੀ ਨੂੰ ਬੀਜ ਸਕੀਏ,
ਅਤੇ ਪਾਣੀ ਜਿਹੜੇ ਕਿਸਾਨਾਂ ਲਗਾਉਣਾ ਹੈ ਤਾਂ ਉਹ ਪਾਣੀ ਲਗਭਗ 27 ਫਰਵਰੀ ਤੱਕ ਲਗਾ ਸਕਦੇ ਨੇ। 27 ਫਰਵਰੀ ਤੋਂ ਬਾਅਦ ਮੱਕੀ ਨੂੰ ਪਾਣੀ ਲਗਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਹੋ ਸਕਦਾ ਹੈ ਕਿ 2-3 ਮਾਰਚ ਦੇ ਆਸ ਪਾਸ ਮੀਂਹ ਦਾ ਛਰਾਟਾ ਚੰਗਾ ਪੈ ਸਕਦਾ ਹੈ, ਪਰ ਜ਼ਿਆਦਾ ਤਕੜੇ ਮੀਂਹ ਦੇ ਆਸਾਰ ਨਹੀਂ ਹਨ। ਅਤੇ 2 ਦਿਨ ਰੁਕ ਕੇ ਉਸ ਤੋਂ ਬਾਅਦ ਜੇਕਰ ਮੀਂਹ ਘੱਟ ਪੈਂਦਾ ਹੈ ਤਾਂ ਫਿਰ ਆਪਾਂ 3-4 ਮਾਰਚ ਤੋਂ ਪਾਣੀ ਚਾਲੂ ਕਰ ਸਕਦੇ ਹਾਂ। ਸੋ ਇਹ ਸੀ ਇਸ ਫਰਵਰੀ ਮਹੀਨੇ ਦੇ ਆਖਰੀ ਅਤੇ ਚੜ੍ਹਦੇ ਮਾਰਚ ਦੇ ਵਿੱਚ ਕਿਸਾਨਾਂ ਨੂੰ ਫਸਲ ਦੇ ਸੰਬੰਧਿਤ ਮੌਸਮ ਸੁਝਾਅ, ਕੀ ਪਾਣੀ ਲਗਾਉਣਾ ਚਾਹੀਦਾ, ਆਪਾਂ ਨੂੰ ਕਿਹੜੀ ਫਸਲ ਨੂੰ ਕਦੋਂ ਰੁਕਣਾ ਚਾਹੀਦਾ ਹੈ, ਕਦੋਂ ਮੀਂਹ ਆ ਰਿਹਾ। ਬਾਕੀ ਅਗਲੇ ਦਿਨਾਂ ਵਿੱਚ ਫਿਰ ਜਾਣਕਾਰੀ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਰਹਾਂਗੇ ਸਮੇਂ ਸਮੇਂ 'ਤੇ। ਸੋ ਇਸੇ ਤਰ੍ਹਾਂ ਖੇਤੀਬਾੜੀ, ਕਿਸਾਨੀ ਅਤੇ ਮੌਸਮ ਨਾਲ ਸੰਬੰਧਿਤ ਜਾਣਕਾਰੀਆਂ ਲਈ ਚੈਨਲ ਯੂਟਿਊਬ ਫਾਰਮਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਇਜਾਜ਼ਤ ਦਿਓ ਹੁਣ, ਧੰਨਵਾਦ ਜੀ।